ਪਿਓ ਮਿਲ ਜੇ ਕਲਗੀ ਧਰ ਵਰਗਾ, ਮਾਤਾ ਸਾਹਿਬ ਕੌਰ ਜੀ ਮਾਂ ਮਿਲ ਜਾਏ, ਉਹਨੇ ਹੋਰ ਕੀ ਲੈਣਾ ਦੁਨੀਆ ਤੋਂ, ਉਹ ਜਿਹਨੂੰ ਆਨੰਦਪੁਰ ਵਰਗੀ ਥਾਂ ਮਿਲ ਜਾਏ। ਆਓ ਆਨੰਦਪੁਰ ਦੇ ਵਾਸੀ ਬਣੀਏ, ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਧੀ ਬਣੀਏ। ਮੈਨੂੰ ਇੱਕ ਘਟਨਾ ਯਾਦ ਆ ਗਈ ਜੀ, ਆਹ ਫਲੌਰ ਦੇ ਲਾਗੇ ਅਸੀਂ ਪਿਛਲੇ ਦਿਨੀ ਨਾ ਵਿਆਹ ਦੇ ਪ੍ਰੋਗਰਾਮ 'ਤੇ ਗਏ, ਉੱਥੇ ਸਾਨੂੰ ਨਾ ਪਿੰਡ ਵਾਲੇ ਦੱਸਣ ਲੱਗੇ, ਭਾਈ ਸਾਹਿਬ ਜੀ ਜਿਨ੍ਹਾਂ ਦੇ ਘਰ ਤੁਸੀਂ ਪ੍ਰੋਗਰਾਮ ਕਰਨ ਵਾਸਤੇ ਆਏ ਆ ਨਾ, ਇਹ ਸਾਡੇ ਪਿੰਡ ਵਿੱਚ ਕਿਰਾਏ 'ਤੇ ਰਹਿਣ ਵਾਸਤੇ ਆਏ ਸੀ। ਸੁਣਿਓ ਧਿਆਨ ਦੇ ਨਾਲ ਬੀਬੀਓ, ਪਿੰਡ ਵਾਲੇ ਸਾਨੂੰ ਕਹਿ ਰਹੇ ਆ, ਭਾਈ ਸਾਹਿਬ ਜਿਨ੍ਹਾਂ ਦੇ ਪਰਿਵਾਰ ਵਿੱਚ ਤੁਸੀਂ ਪ੍ਰੋਗਰਾਮ ਕਰਨ ਵਾਸਤੇ ਆਏ ਆ, ਇਹ ਸਾਡੇ ਪਿੰਡ ਵਿੱਚ ਨਾ ਕਿਰਾਏ ਦੇ ਮਕਾਨ 'ਤੇ ਰਹਿਣ ਵਾਸਤੇ ਆਏ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਆ ਗਿਆ ਪ੍ਰਕਾਸ਼ ਦਿਹਾੜਾ, ਮਹਾਰਾਜ ਦੇ ਚਰਨਾਂ ਵਿੱਚ ਆ ਕੇ ਇਹ ਪਰਿਵਾਰ ਨੇ ਖੁਦ ਭੁੱਬਾਂ ਮਾਰ ਕੇ ਅਰਦਾਸ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਆਖਿਆ, ਮਹਾਰਾਜ ਕਿਤੇ ਸਾਡਾ ਵੀ ਘਰ ਹੋ ਸਕਦਾ ਹੈ, ਕਿਤੇ ਸਾਡੀ ਵੀ ਗਰੀਬੀ ਚੁੱਕ ਸਕਦੇ ਹੋ, ਮਹਾਰਾਜ ਕਿਤੇ ਸਾਡੇ ਵਿੱਚੋਂ ਵੀ ਦਲਿੱਦਰਤਾ ਖਤਮ ਹੋ ਸਕਦੀ ਹੈ, ਮਹਾਰਾਜ ਜੀ ਕਿਰਪਾ ਕਰੋ ਸਾਡੀ ਗਰੀਬੀ ਨੂੰ ਖਤਮ ਕਰ ਦਿਓ। ਦਾਲਤ ਦੇਖ ਸਭ ਕੋ ਹੱਸੇ ਐਸੀ ਦਸ਼ਾ ਹਮਾਰੀ ਹੈ, ਮਹਾਰਾਜ ਸਾਡੀ ਗਰੀਬੀ ਵੱਲ ਵੇਖ ਕੇ ਲੋਕ ਹੱਸਦੇ, ਉਹ ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਏ। ਇਹ ਦਿਨ ਬਦਲਦਿਆਂ ਦੇਰ ਨਹੀਂ ਲੱਗਦੀ, ਰੱਬ ਦੀ ਚੱਕੀ ਚੱਲਦੀ ਬਹੁਤ ਹੌਲੀ ਹੈ ਜੀ, ਪਰ ਪੀਂਦੀ ਬਹੁਤ ਹੌਲੀ ਹੈ। ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਾ ਉਡਾਇਆ ਕਰੋ। ਉਹ ਪਰਿਵਾਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ, ਮਹਾਰਾਜ ਕਿਤੇ ਸਾਡੀ ਵੀ ਗਰੀਬੀ ਚੁੱਕ ਦਿਓਗੇ, ਮਹਾਰਾਜ ਕਿਤੇ ਸਾਡੇ ਘਰ ਵਿੱਚੋਂ ਵੀ ਦਲਿੱਦਰਤਾ ਨਿਕਲ ਜਾਏਗੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਬੜੀ ਭਾਵਨਾ ਨਾਲ ਸੰਗਤ ਕਹਿੰਦੀ ਉਹਨਾਂ ਨੇ ਸੇਵਾ ਕੀਤੀ। ਦਿਨ ਵੀਤਦੇ ਗਏ, ਕਹਿੰਦੇ ਭਾਈ ਸਾਹਿਬ ਅੱਜ ਇਹ ਪਰਿਵਾਰ ਅਮਰੀਕਾ ਦੀ ਧਰਤੀ 'ਤੇ ਪੂਰਾ ਪਰਿਵਾਰ ਸੈੱਟ ਹੈ, ਬਹੁਤ ਵੱਡਾ ਬਿਜ਼ਨਸ ਹੈ ਉਹਨਾਂ ਦੇ ਅਮਰੀਕਾ ਦੀ ਧਰਤੀ 'ਤੇ। ਜਿਹੜੇ ਕਹਿੰਦੇ ਪਰਿਵਾਰ ਵਿੱਚ ਤੁਸੀਂ ਅੱਜ ਵਿਆਹ ਦੇ ਪ੍ਰੋਗਰਾਮ 'ਤੇ ਆਏ ਹੋ ਨਾ, ਇਹਨਾਂ ਨੇ ਆਪਣੇ ਪੁੱਤਰ ਦੇ ਵਿਆਹ 'ਤੇ ਘੱਟੋ ਘੱਟ 1 ਕਰੋੜ ਦਾ ਖਰਚਾ ਕਰਨਾ। ਪਿੰਡ ਵਿੱਚ ਇਕੱਲੇ ਪਰਿਵਾਰ ਨੇ ਗੁਰਦੁਆਰਾ ਸਾਹਿਬ ਬਹੁਤ ਵਧੀਆ ਆਲੀਸ਼ਾਨ ਬਣਾਇਆ ਹੈ, ਕਿਸੇ ਵੀ ਪਿੰਡ ਵਿੱਚ ਸਾਡੇ ਪਿੰਡ ਵਾਲਿਆਂ ਨੂੰ ਲੋੜ ਹੋਵੇ ਮਾਇਆ ਦੀ, ਕੋਈ ਗਰੀਬ ਪਰਿਵਾਰ ਹੋਵੇ, ਇਹ ਵਿਦੇਸ਼ਾਂ ਦੀ ਧਰਤੀ ਤੋਂ ਕਹਿੰਦੇ ਪੈਸਾ ਭੇਜਦਾ, ਪ੍ਰਾਪਤੀ ਕਿੱਥੋਂ ਹੋਈ ਹੈ, ਮੈਂ ਗੱਲ ਘੁਮਾ ਕੇ ਉੱਥੇ ਲੈ ਕੇ ਆਉਣੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਾ ਪਾਤਸ਼ਾਹ ਕਿਤੇ ਨਹੀਂ ਗਿਆ, ਅੱਜ ਵੀ ਤੁਹਾਡੇ ਵਿੱਚ ਹੈ। ਭਾਵਨਾ ਦੇ ਨਾਲ ਕਿਤੇ ਅਰਦਾਸ ਕਰਕੇ ਵੇਖਿਓ, ਤੁਹਾਡੀਆਂ ਝੋੜੀਆਂ ਗੁਰੂ ਅੱਜ ਵੀ ਭਰੇਗਾ, ਭਰਦਾ ਹੈ ਜੀ। ਗੱਲ ਸਾਡੀ ਭਾਵਨਾ ਦੀ ਹੈ, ਸਾਡੀ ਸ਼ਰਧਾ ਕਿੱਥੇ ਖੜੀ ਹੈ। ਓਏ ਇਹ ਗੁਰੂ ਇਹੋ ਜਿਹਾ, ਕਿਤੇ ਕਸ਼ਮੀਰੀ ਪੰਡਿਤ ਆਏ ਹੈ, ਆਪਣੇ ਪਿਤਾ ਨੂੰ ਤੋਰਤਾ ਜੀ ਦਿੱਲੀ ਉਹਨਾਂ ਦੇ ਵਾਸਤੇ, ਮਹਾਰਾਜ ਸੱਚੇ ਪਾਤਸ਼ਾਹ ਨੇ ਸੀਸ ਦੇਣ ਵਾਸਤੇ ਤੋਰਤਾ। ਆ ਛੋਟੀਆਂ ਮੋਟੀਆਂ ਕਿਹੜੀਆਂ ਗੱਲਾਂ, ਆ ਸਾਡੀਆਂ ਬਿਮਾਰੀਆਂ, ਸਾਡੀ ਗਰੀਬੀ, ਸਾਡੀ ਦਲਿੱਦਰਤਾ ਕਿਹੜੀ ਚੀਜ਼ ਹੈ। ਕਿਤੇ ਭਾਵਨਾ ਨਾਲ ਅਰਦਾਸ ਕਰਕੇ ਵੇਖੋ, ਕਿਤੇ ਨਾ ਜਾਇਆ ਕਰੋ, ਆਓ ਗੁਰਦੁਆਰਾ ਸਾਹਿਬ, ਭਾਈ ਸਾਹਿਬ ਕੋਲੋਂ ਅਰਦਾਸ ਕਰਾਓ, ਚਾਹੇ ਆਪ ਕਰਿਆ ਕਰੋ, ਤੁਸੀਂ ਵੇਖੋਗੇ, ਭਾਵਨਾ ਰੱਖ ਕੇ ਵੇਖਿਓ ਗੁਰੂ 'ਤੇ, ਗੁਰੂ ਤੁਹਾਡੇ ਦੁੱਖ ਚੁਟਕੀਆਂ ਦੇ ਵਿੱਚ ਕੱਟਣ ਵਿੱਚ ਸਮਰੱਥ ਹੈ। ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ, ਜਨ ਬਣ ਕੇ ਕਿਤੇ ਅਰਦਾਸ ਕਰਕੇ ਵੇਖੋ। ਧੰਨਵਾਦ।